ਮਾਰੋ ਜੀ ਵਿਸਲ ਤੇ ਦੌਲੀ ਸਾਹਿਬ ਕਰਾ ਦਿਓ ਮੈਚ ਕਿ ਪੁੱਤਾਂ ਵਾਂਗੂ ਜਿਦਨਾ ਕਰਦੀਆਂ ਅੱਗੇ ਹੋ ਰਹਿਣ ਮਰਦੀਆਂ ਫੇਰ ਵੀ ਕਹਿਣ ਨਕੰਮੀਆਂ ਨੀ ਮਾਏ ਧੀਆਂ ਝਿੜਕਾ ਖਾਣ ਨੂੰ ਜੰਮੀਆਂ ਉਧਰਲੇ ਬੰਨੇ ਇੱਕ ਤੇ ਦੋ ਜਿਹੜੀ ਤਰੀਕ ਹੈ ਸਤੰਬਰ ਮਹੀਨੇ ਸਾਧੂ ਵਾਲੇ ਦੀ ਧਰਤੀ ਤੇ ਰੌਣਕਾਂ ਲੱਗਣੀਆਂ 31 ਤਰੀਕ ਜਿਹੜੀ ਧੰਨਾ ਸ਼ੀਰ ਦੇ ਕਬੱਡੀ ਕੱਪ ਦੀ ਹੈ ਜਿੱਥੇ 41,000 ਤੇ ਕਹਿੰਦੇ 61,000 ਬੈਟਰ ਐਡਵਰਡ ਜਾਫੀ ਨੂੰ ਗੋਲਡ ਮੈਡਲ ਦਿੱਤੇ ਜਾਣਗੇ ਔਰ ਇਹ ਵੀ ਮਾਣ ਸਨਮਾਨ ਹੈ ਗੁਰਪ੍ਰੀਤ ਸਿੰਘ ਜੀ ਸਾਡੇ ਵੀਰ ਘਵਾਲੇ ਵਾਲੇ ਵੀ ਸਾਡੇ ਦਰਮਿਆਨ ਪੁੱਜੇ ਹੈ ਡੀਸੀ ਸਾਹਿਬ ਦੇ ਪੀਏ ਸਾਹਿਬ ਉਹਨਾਂ ਦਾ ਵੀ ਸਤਿਕਾਰ ਕਰਾਂਗੇ ਲਓ ਮੈਚ ਜਿਹੜਾ ਸ਼ੁਰੂ ਹੋ ਚੁੱਕਾ ਮੇਰੀ ਬੇਨਤੀ ਹੈ ਗਰਾਊਂਡ ਆਪਾਂ ਥੋੜ੍ਹਾ ਕਲੀਅਰ ਕਰੀਏ ਲਓ ਪਹਿਲੀ ਦਸੀ ਮੇਰੇ ਵੀਰ ਗੀਤਿਆ ਕਿਹੜੇ ਪਿੰਡ ਦੀ ਟੀਮ ਕਿਹੜੇ ਪਾਸੇ ਹੈ ਮੈਨੂੰ ਪੁੱਛ ਕੇ ਦੱਸ ਮੇਰੇ ਵੀਰ ਮੈਨੂੰ ਪੁੱਛ ਕੇ ਦੱਸ ਮੈਣੇ ਦੀ ਜਿਹੜੀ ਟੀਮ ਲਹਿੰਦੇ ਵਾਲੀ ਸਾਈਡ ਨੱਥੂ ਵਾਲੇ ਗਰਬੀ ਦੀ ਜਿਹੜੀ ਟੀਮ ਹੈ ਚੜ੍ਹਦੇ ਵਾਲੀ ਸਾਈਡ ਉਧਰਲੇ ਬੰਨੇ ਲੈਂਡ ਮਾਰਕ ਦੀ ਜਿਹੜੀ ਟੀਮ ਆਪਾਂ ਤੱਕ ਰਹੇ ਹਾਂ ਲਓ ਜੀ ਤਿੰਨ ਟੀਮਾਂ ਜਿਹੜੀਆਂ ਮੈਚ ਦੇ ਵਿੱਚੋਂ ਰਹਿੰਦੀਆਂ ਸੀ ਸੁਲਿਆਣੀ ਤੇ ਬਟਾਲੇ ਦਾ ਮੈਚ ਹੈ ਤੇ ਦੂਸਰੇ ਬੰਨੇ ਭਗਤੇ ਭਾਈ ਨੂੰ ਜਿਹੜੀ 22 ਹੈ ਇਹ ਸਾਡੇ ਵੀ ਨੋਟ ਕਰ ਲੈਣ ਭਗਤੇ ਦੀ ਟੀਮ ਨੂੰ 22 ਹੈ ਲਓ ਪੰਜਾਬ ਦੀਆਂ ਸ਼ੇਰ ਬੱਚੀਆਂ ਕਬੱਡੀ ਦੇ ਗਰਾਊਂਡ ਵਿੱਚ ਖੇਡ ਰਹੀਆਂ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਰਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਜਿਹਨੇ ਲਿਖ ਲਿਖ ਮਾਰੇ ਬਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਉਸ ਵਾਰਸ਼ਾਹ ਨੂੰ ਕਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਉਸ ਵਾਰਸ਼ਾਹ ਨੂੰ ਕਹਿਣ ਭਾਵੇਂ ਪੰਜਾਬ ਦਾ ਵਿਸ਼ਵ ਕਬੱਡੀ ਕੱਪ ਹੋਵੇ ਭਾਵੇਂ ਪੰਜਾਬ ਦੀ ਧਰਤੀ ਹੋਵੇ ਕਿ ਡਾਕਟਰੀ ਕੀ ਮਾਸਟਰੀ ਭਾਵੇਂ ਪੰਜਾਬ ਦੇ ਮੈਦਾਨਾਂ ਵਿੱਚ ਜੂਝਣ ਵਾਲੀਆਂ ਇਹ ਪੰਜਾਬ ਦੀਆਂ ਸ਼ੇਰ ਬੱਚੀਆਂ ਗੱਡੇ ਉੱਤੇ ਆ ਗਿਆ ਸੰਦੂਖ ਮਟਿਆਰ ਦਾ ਪਰ ਅੱਜ ਦੇਖੋ ਰੀਤਾਂ ਬਦਲ ਚੁੱਕੀਆਂ ਨੇ ਕਬੱਡੀ ਦੇ ਖੇਡ ਮੈਦਾਨ ਵਿੱਚ ਪਾਈ ਹੋਈ ਕਬੱਡੀ ਮਹਿਣੇ ਵਾਲੀ ਇਸ ਖਿਡਾਰਨ ਦੀ ਝੋਕੇ ਲਾਓ ਉਧਰਲੇ ਬੰਨੇ ਕਮਾਲ ਦੀ ਖੇਡ ਕਿ ਦੁੱਖਾਂ ਨੂੰ ਹਟਾ ਕੇ ਲਾਉਣ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ ਆਲਾ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਹੈਲੋ ਹੈਲੋ ਬਾਈ ਕਬੀ ਤੇ ਦੋਕਨਵਾਰਨ ਕਲੱਬ ਦੂਲੇਵਾਲ ਦਾ ਮੈਚ ਹੋ ਗਿਆ ਕਿ ਰਹਿੰਦਾ ਜੀ ਇਹ ਰਹਿੰਦਾ ਜੀ ਮੈਚ ਅਜੇ ਬਾਕੀ ਇਹ ਦੋਵੇਂ ਟੀਮਾਂ ਨਹੀਂ ਆਈਆਂ ਜੀ ਦੋਵੇਂ ਕੱਟਤੀਆਂ ਦੂਲੇਵਾਲ ਵੀ ਕੱਟਦੀ ਤੇ ਚੜਕ ਬੀ ਵੀ ਕੱਟਦੀ ਪਿਛਲੇ ਮੈਚ ਚੋਂ ਭਲੂਰ ਜਿੱਤੂ ਆ ਜੀ ਉਹਦੇ ਵਿੱਚੋਂ ਭਲੂਰ ਜਿੱਤੂ ਰਿਹਾ ਜੀ ਠੀਕ ਆ ਜੀ ਠੀਕ ਇਸ ਮੈਚ ਤੋਂ ਬਾਅਦ ਖੋਸਾ ਰਤੀਰ ਤੇ ਵਕੀਲਾਂ ਵਾਲਾ ਇਹ ਟੀਮਾਂ ਖੇਡਣਗੀਆਂ ਫੜਿਆ ਗੁੱਟ ਕਮਾਲ ਦੀ ਖੇਡ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਮੇਰੇ ਵੀਰੋ ਇਹ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਕਿ ਸਾਰੇ ਜਹਾਂ ਸੇ ਅੱਛਾ ਹੈ ਇਹ ਹਿੰਦੁਸਤਾਨ ਹਮਾਰਾ ਬੁਲਬੁਲੇ ਹੈ ਹਮ ਇਸਕੇ ਜੇ ਗੁਲਸਤਾਨ ਹਮਾਰਾ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਪੈਰੀ ਕਬੱਡੀ ਇਸ ਖਿਡਾਰਨ ਦੀ ਇੱਕ ਬੰਨੇ ਨੱਥੂ ਵਾਲੇ ਦੀ ਟੀਮ ਹੈ ਦੂਸਰੇ ਬੰਨੇ ਮਹਿਣੇ ਦੀ ਟੀਮ ਹੈ ਉਧਰਲੇ ਬੰਨੇ ਦੇਖੋ ਕਲਪਨਾ ਚਾਵਲਾ ਕਰਨ ਬੇਦੀ ਜੇ ਮੈਂ ਵੀ ਬਣ ਸਕਦੀ ਹੈ ਭਗਤ ਊਧਮ ਸਿੰਘ ਜੇ ਮੈਂ ਵੀ ਜਾਣ ਸਕਦੀ ਹੈ ਲੈ ਮਾਏ ਹੁਣ ਤਾਂ ਬਦਲ ਸਲਾਹ ਨੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਨੀ ਮਾਏ ਮੇਰੀਏ ਮੈਨੂੰ ਕੁੱਖ 'ਚ ਨਾ ਕਤਲ ਕਰਾ ਨੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਭਾਵੇਂ ਪੰਜਾਬ ਭਰ ਦੀ ਉਧਰਲੇ ਬੰਨੇ ਮੁੰਡਿਆਂ ਦੇ ਕਹਿੰਦੇ ਜਿਹੜੀ ਕਰੀਮ ਇਸ ਧਰਤੀ ਤੇ ਪੁੱਜੀ ਹੋਈ ਹੈ ਉੱਥੇ ਅੱਜ ਇਹ ਪੰਜਾਬ ਦੀਆਂ ਸ਼ੇਰ ਬੱਚੀਆਂ ਵੀ ਮਾਣ ਬਣ ਕਬੱਡੀ ਦੀਆਂ ਪੁੱਜੀਆਂ ਹੋਈਆਂ ਆਪਾਂ ਸਤਿਕਾਰ ਕਰਾਂਗੇ ਜਸਵੀਰ ਮਹਿਣੇ ਦੀ ਟੀਮ ਹੈ ਕਹਿੰਦੇ ਇਹਨਾਂ ਦੇ ਕੋਚ ਸਾਹਿਬ ਪੁੱਜੇ ਹੋਏ ਹੈ ਇਹਨਾਂ ਦੇ ਉਸਤਾਦ ਪੁੱਜੇ ਹੋਏ ਹੈ ਜਿਵੇਂ ਸਾਡੇ ਕੁਲਵੰਤ ਸਿੰਘ ਜੀ ਕਾਹਲੋਂ ਸਾਹਿਬ ਯੋਗੇ ਵਾਲੇ ਦੀ ਟੀਮ ਨੂੰ ਲੈ ਕੇ ਪੁੱਜੇ ਹੋਏ ਹੈ ਕਿਉਂਕਿ ਉਹਨਾਂ ਦੇ ਕੋਚ ਇਹ ਹੈ ਸਤਿਕਾਰ ਸਿਆਣੇ ਕਹਿੰਦੇ ਆ ਕਾਮਾ ਕਾਮਾ ਤੇ ਵਿਹਲਾ ਵਿਹਲਾ ਹੁੰਦਾ ਹੈ ਪੈਸਾ ਪੈਸਾ ਤੇ ਧੇਲਾ ਧੇਲਾ ਹੁੰਦਾ ਹੈ ਟਰੱਕ ਟਰੱਕ ਤੇ ਠੇਲਾ ਠੇਲਾ ਹੁੰਦਾ ਹੈ ਬੱਕਰਾ ਬੱਕਰਾ ਤੇ ਮੇਲਾ ਮੇਲਾ ਹੁੰਦਾ ਹੈ ਸਿਆਣੇ ਕਹਿੰਦੇ ਆ ਗੁਰੂ ਗੁਰੂ ਤੇ ਚੇਲਾ ਚੇਲਾ ਹੁੰਦਾ ਹੈ ਗੁਰੂ ਗੁਰੂ ਤੇ ਚੇਲਾ ਚੇਲਾ ਹੁੰਦਾ ਹੈ ਕਿਉਂਕਿ ਉਸਤਾਦ ਵੀ ਪੁੱਜੇ ਹੋਏ ਹੈ ਲਓ ਕਬੱਡੀ ਦੇ ਗਰਾਊਂਡ ਵਿੱਚ ਦੇਖੋ ਪੈਰੀ ਕਬੱਡੀ ਪੰਜਾਬ ਦੀਆਂ ਸ਼ੇਰ ਬੱਚੀਆਂ ਕਬੱਡੀ ਦੇ ਗਰਾਊਂਡ ਵਿੱਚ ਹੇਰਾਂ ਵਾਲੇ ਧੰਮੀ ਤੇ ਮਿੰਟੂ ਜਿਹੇ ਵੀਰਾਂ ਤੋਂ ਕਿ ਖੁਸ਼ੀਆਂ ਵਾਰਨ ਖੋ ਖੋ ਕੇ ਲੇਖਾਂ ਤਕਦੀਰਾਂ ਤੋਂ ਕਿ ਗੈਰਾਂ ਦਾ ਵੀ ਦੁੱਖ ਸੁਣ ਕੇ ਹੰਝਵਾਂ ਵਿੱਚ ਰੁੜੀਆਂ ਨੇ ਰਹਿਣ ਵਸਦੀਆਂ ਰੱਬਾ ਇਹ ਮੇਰੇ ਜੱਗ ਦੀਆਂ ਕੁੜੀਆਂ ਨੇ ਰਹਿਣ ਵਸਦੀਆਂ ਰੱਬਾ ਇਹ ਮੇਰੇ ਜੱਗ ਦੀਆਂ ਕੁੜੀਆਂ ਨੇ ਥੋੜਾ ਜਿਹਾ ਪਾਸੇ ਹੋ ਜੇ ਸਟੇਜ ਤੋਂ
अगला जिहड़ा मैच खोसा रणधीर ते वकीलां वाले दी डां खड़कनी है, बड़ा तकड़ा मैच होना है कबड्डी दे ग्राउंड विच, क्योंकि पंजाब पर दे सतारां दे नाल लैस हो के पुजियां टीमां। साडा वीर जयदीप जी दोवां टीमां लई 100-100 रुपए के मान सम्मान पुजदे करदे आ। आ माया दे गफ्फे कृपा करके कोसा प्राप्त कर लो। मैनू लगदा वी मैच समाप्त है। किहड़ी टीम दसी वी बाई जेतू रही है, मैणा जेतू रही है। दूल्हे वाले की टीम आ गई है ते चड़क भी दसे यार कृपा, पता नहीं जिहड़े दरियाओं पारों आउंदे आ उह वी लेट है, जिहड़े दरियाओं नालों आउंदे उह वी लेट है। इह चंगी गल नहीं, क्योंकि वकीलां वाले का बाद च मैच सी, तुहाडा पहला सी। कृपा करके लवप्रीत जी इन्हां गल्लां नूं तुसीं ध्यान च रखिया करो। जे वधिया कबड्डी दे खिडारी बनना तां मेरी बेनती है कबड्डी दे रूल कबड्डी दे नियमां दी पालना जरूरी है। मारो जी विसल खोसा रणधीर दी टीम, दसो मेरे वीर खोसिया ने खेडना कि नहीं। खोसे रणधीर दी टीम, वाकओवर दे दो जी वकीलां वाले दी टीम नूं। जे खोसे रणधीर की टीम एक मिनट में नहीं पुजती तो वकीलों वाले वाकओवर दे दो। आओ कोट करोड़ से घोलिया जी, सेंटरलैंड से आ जाओ घोलिया से, कोट करोड़ की टीम। आ जेतू लिख लो जी वकीलों वाला, वकीलों वाला जेतू लिख लो जी कृपा करके। आओ जी मेरी बेनती भाई जी चड़िक का मैच करा दो। हाँ जी चड़िक नहीं पुज रही, दूल्हे वाला पुज गया। चड़क वाले जो खेडना सानू दसो। प्रीत मोहरी मैं देखिया सी पहले राउंड पहले मैचों के नथोगी की टीम खेडे है पिंदा ते प्रीतम चड़क वाला। उन्हें प्लेयरों मेरी बेनती जो उन्होंने टीम आई तो सानू दसो। वकीलों वाले वाकओवर है, दूल्हे वाल की टीम भी वाकओवर वाली लिख लो। दूल्हे वाला भी जेतू है, वकीलों वाला भी जेतू है। तो हुण जिहड़ा मैच है घोलिया कलां ते कोट कोट की टीम का, दोवें टीमां जिहड़ियां पासे मल लो। हाँ जी घोलिया है नी मार कापा वा दो, फिर मेरी बेनती है कट्टो भी टीम से दे दौ कोट करोड़ जेतू करार। इस तो बाद श्री गुरु हरगोबिंद कबड्डी क्लब सनेर से डगरू तोता सिंह वाला, बाबे के सनेर सुर सिंह वाला, चंदबाजा सुलियाणी बटाला। ये मेरी बेनती है भगता भाई बी दे विच सारियां टीमां नोट कर लो। बाजा घमियारे वाला साडा वीर, सदा नहीं हालात रेंदे माड़े बंदे दे, सदा नहीं वह मित्रों चढ़ाइया रेंदियां, कदे तां संभाले साथों जांदे नोट नहीं, कदे पले कख ना कमाइया रेंदियां। यह भी लंबे अरसे बाद कबड्डी के ग्राउंड वल पुज्जिया मेरा वीर। परमात्मा इस खिडारी दे उपर मेहर भरे हाथ रखे, इसे तरह पंजाब के मैदानों में धुम पाउंदा रहे। लो हाँ जी डगरू की टीम दसो जी, डगरू की टीम भोले होरी मेरे वीर ग्राउंड के आ जाण। मनप्रीत डाले पिंड वाला पुजे है, सोने होरी वीर अपनी टीम लैके ग्राउंड के आ गए है। इस तो बाद बाबे के सनेर ते तोता सिंह वाला जी, नाल ही सुर सिंह वाला ते चंदबाजा सलियाणी ते बटाला साहब की जी टीम ये ग्राउंड के वाल आवे। मैनू लगता भी टाइया दूजे राउंड दियां कढ़नियां पैणियां, क्योंकि एक टीम आउंदी एक नहीं आउंदी। ਆਪਾਂ ਨੇਰਾ ਜ਼ਰੂਰ ਕਰਨਾ ਹੈ, ਮੇਰੀ ਬੇਨਤੀ ਪ੍ਰਬੰਧਕਾਂ ਨੂੰ ਕੱਢੋ ਅਗਲੇ ਰਾਉਂਡ ਦੀਆਂ ਟਾਈਆਂ। ਬਸ ਵੀਰ ਚਾਰ ਮੈਚ ਰਹਿੰਦੇ ਆ, ਦੋ ਹੋ ਜਾਣ ਫਿਰ ਦੋ ਨੂੰ ਜਿੱਤੂ ਲੈ ਕੇ ਕੱਢ ਦਾਂਗੇ। ਹਾਂਜੀ ਦੱਸੋ ਮੇਰੇ ਵੀਰ ਡਗਰੂ ਦੀ ਟੀਮ ਪਤੰਦਰੋ ਆਉਨੇ ਹੌਲੀ ਹੌਲੀ ਵੇਖੋ, ਘੰਟਾ ਪਹਿਲਾਂ ਗਰਚਰਨ ਮੈਥੋਂ ਲਾ ਗਿਆ ਤੇ ਘੰਟਾ 2 ਮਿੰਟ ਦੇ ਦਿਓ ਜੀ ਡਗਰੂ ਨੂੰ, ਜੇ ਆਉਂਦੀ ਠੀਕ ਹੈ ਨਹੀਂ ਤਾਂ ਸਨੇਰ ਨੂੰ ਵਾਗਡੋਰ ਦੇ ਦਿਓ। ਆ ਗਈ ਹੈ ਜੀ ਡਗਰੂ ਦੀ ਟੀਮ, ਆ ਜਿਹੜੇ ਸਪੀਕਰਾਂ ਦੀ ਆਵਾਜ਼ ਹੈ ਬੋਤੀਆਂ ਵਾਲੇ ਸੁਣਦੀ ਹੈ, पता नहीं तुहाडियां गड्डियां यार कित्थे लगियां जिथे साडी आवाज़ नहीं जांदी। इस तो बाद बाबे के सनेर ते शहीद बाबा दीप सिंह जी कबड्डी क्लब तोता सिंह वाला। कमांडो यार असीं उत्थों बंदे फड़ के लियाउणे आ, और कमेटी बैठी है आ देखो की करिए। दस कोट करोड़ घट्टो घट 15 मिनट ग्राउंड के खड़ के गया, 15 मिनट दसो कित्थे तुहाडी गड्डी लगी है। हलो रन करिए, 2.5 मिनटां दे विच बंदा किलोमीटर लंघ जांदा है।
मारो जी विसल अगले मैच दिया दोवे टीम डगरू ते सनेर जी कोट करोड़ की टीम ग्राउंड च आ जाए फिर तो यार ढोडी मर्जी होगी साडा तो कोई काम नहीं फिर भाई जी नाले तुम कोट करोड़ वार्ड उड़ दी है भाई जी हम बाक ओवर ही रहन दो हम घोलगी आले बिच आ गए कहते साडा मैच करा दो धन्यवाद करते हैं जग्गा जी वालों समुची टीम वालों उन्होंने सम्मानित भी किया जाना विशेष सम्मान किया जाना उन्होंने असि उन्होंने इतने पहुंचने बहुत बहुत धन्यवाद करते हैं जिहड़ी टीम एक बार कर दी कट्टी रहनी है कोट कोट जेतू करारा जी नोट कर लो मेरे वीर आप जी अगले मैच दिया दोवे टीम श्री गुरु हरगोबिंद कबड्डी सनेर ते डगरू दी टीम के दरम्यान कबड्डी का तकड़ा मैच सारिया टीम नोट कर लो मैं सारे मैच बोल दते है तोता सिंह वाला बाबे के सनेर सुर सिंह चंद बाजा सलियाणी ते बटाला भगते नूं बाई ये सारिया टीम ग्राउंड के नेड़े पुज्जे हन मारो जी विसल दे करिए मैच आपां शुरू आंदे साल जिहड़ा कबड्डी ओपन का पहला ते दूजा प्राइज दिता जाना है ये गुरध्यान सिंह जी गिल यूएसए रणबीर सिंह जी सिद्धू ते सुखचैन सिंह जी बैंस सिंहपुरे मुन्नण वाले और उन्हां वल्लों 2016 दे विच 92,000 रुपया कबड्डी ओपन का पहला दूजा प्राइज ला देखो मेरे वीरियो एक बन्ने मनप्रीत डाले पिंड की धरती का दूसरे बन्ने गुरप्रीत सनेर नाल कहिंदे आत्मा डाले वाला ये नौजवान कहिंदे मीरी पीरी कबड्डी क्लब लई खेडदे है एक बन्ने बघेला पिंड है सरदारी विच पुज्जिया है नारा मेरे वीरियो लाओ देखो कबड्डी के दे ग्राउंड विच लोहा कीते हुण पट मार मार थापियां छातियां ना जान फिर गजा नाल नापियां बूटा सिंह सन ऑफ सोहन सिंह अपना सन्मान चल लै लैणी आण के उधरले बने गुरध्यान सिंह जी गिल साडे यूएसए वाले वीर नाल सुखचैन सिंह जी बैंस रणबीर सिंह जी सिद्धू यूएसए सिद्धियां तारा 365 कबड्डी .com दे उपर जोड़ी बैठे है जिन्होंने 92,000 रुपया आंदे साल ये मान सम्मान देने है 10 लई 1,000 रुपये के माया के गफे यूएसए दे चो बैठे हैं उन्होंने वीरां दे राहीं पुज्जदे कीते है आ नौजवान बघेले पिंड का गुरविंदर सिंह कबड्डी पा रहा है कारगिल के शहीदों की धरती है डाले वाला मनप्रीत कहते मखण चड़ेकुर की टीम लई खेडदा पंजाब भर के कबड्डी कप्पां दे उपर उधरले बन्ने मेरा वीर हरप्रीत भी माया के गफे पुज्जदे करदा भाई बूटे हुण किहड़ा मैच चलदा पिया जी दस्सियो माड़ा जिहा श्री गुरु हरगोबिंद स्पोर्ट्स कबड्डी सनेर ते डगरू दी टीम दे दरमियान कबड्डी का मैच चल रहा है सरदार रूप सिंह जी किंगरा कहिंदे मान करदा अपने पुत्र दे उपर गुरचरण सनेर उहनां दा पिंड है लाओ खेड मैदान विच देखो इधरले बने दूसरी टीम भी खेड मैदान दे वल आ गई है कि लोहा कीते हुण पट मार मार थापियां छातियां ना जान फिर गजां नाल नापियां गिठ गिठ लाली पैंदी पिंडियां दे चाड़नी हारे विचों लथदी ना दुध वाली काढ़नी रब वांगू पैंदे यार पुजणे मैदान जी फिर जाके पैंदी आ शरीरां विच जान जी फिर जाके पैंदी है शरीरां विच जान जी भाई जी जिहड़े वीर स्टेज दे मूहरे खड़े आ कृपा करके बह जाओ साढ़े सरदार सुखदेव सिंह जी पंजाब पुलिस हेलो जेडे प्लेयर वीर वीर स्टेज के मूहरे बैठे परे जाके बैठो वीर इतने ना बैठो आ मेरे वीर प्लेयर वीर बेनती है हेलो उधर जाके बैठो वीरे हाँ जी जेडे प्लेयर स्पेयर ने कृपा करके बह जाओ पासे हो गए स्टेज के मूहरों पासे हो जाओ तो कली वाला वीर लैणा के उपर कली पा देवे कली वाला वीर लैणा के उपर कली पा देवे ये नौजवान कहिंदे राजू सिंह जी किंग कबड्डी के ग्राउंड में कबड्डी पाउन जा रहा है मेरे बाजा वाले माही की साजी हुई काम सरपंच साहब हरी सिंह नाम है इस नौजवान खिडारी का तोता सिंह वाला पिंड है जिहड़ा ग्राउंड के वल पुजे है लाओ राजू सुनेर की पाई हुई कबड्डी ये नौजवान का भोला नाम है कबड्डी के ग्राउंड में चंद माता गुजरी का सुता कंडिया की छेज विछाई के सीने नाल तेग ला ली जो याद पुत्रां दी आई के सीने नाल तेग ला ली ला देखो मेरे वीरियो मैं नारे नूं पुछिया नारा सिंह भी सरदारी विच आउण वाला है ये नौजवान ने कहा भी सिंह सजना है लाओ कबड्डी के ग्राउंड में यह है नारा बघेले पिंड वाला ते दूसरे बन्ने नौजवान सोनू कबड्डी पाउण दे लई वाधा आया सोना
ਕਹਿੰਦੇ ਸੋਨੂ ਦਾ ਯੰਪ ਉਧਰਲੇ ਬੰਨੇ ਦੇਖੋ ਖੇਡ ਮੈਦਾਨ ਦੁੱਲੇ ਦਾ ਪੰਪ ਬਾਈ ਜੀ ਮੁਲਾਜ਼ਮਾਂ ਮੇਰੇ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਮੂਹਰੇ ਆਉਣ ਜੀ ਮੁਲਾਜ਼ਮ ਵੀਰ ਉਧਰਲੇ ਬੰਨੇ ਆਉਂਦੇ ਸਾਲ 75 ਕਿਲੋ ਦਾ ਜਿਹੜਾ ਪ੍ਰਾਈਜ਼ 30,000 ਰੁਪਇਆ ਸੰਦੀਪ ਸਿੰਘ ਜੀ USA ਸਾਡੇ ਵੀਰ ਉਹਨਾਂ ਵੱਲੋਂ ਪਹਿਲਾ ਤੇ ਦੂਜਾ ਪ੍ਰਾਈਜ਼ ਸਮੁੱਚੇ ਦਰਸ਼ਕ ਵੀਰਾਂ ਤੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਸਾਡੇ ਬਦਰਾਜ ਸਿੰਘ ਜੀ ਪੰਜਾਬ ਪੁਲਿਸ ਦੇ ਜਿਹੜੇ ਇੰਚਾਰਜ ਨੇ ਇੱਥੋਂ ਦੇ ਜੇ ਉਹ ਕਮਾਂਡ ਕਰਦੇ ਆ ਤਾਂ ਉਹਨਾਂ ਨੂੰ ਸਾਥ ਦਿਓ ਜੇਕਰ ਉਹ ਕਿਸੇ ਪਾਸੋਂ ਰੋਕਦੇ ਆ ਜਾਂ ਟੋਕਦੇ ਆ ਕਿਰਪਾ ਕਰਕੇ ਉਹਨਾਂ ਨੂੰ ਸਾਥ ਦਿਓ ਅਤੇ ਸਾਰੇ ਹੀ ਸਾਥੀ ਸਹਿਯੋਗ ਦਿਓ ਤਾਂ ਕਿ ਟੂਰਨਾਮੈਂਟ ਸਹੀ ਤਰੀਕੇ ਨਾਲ ਹੋ ਜੇ ਪਟਵਾਰੀ ਸਾਹਿਬ ਆਪਣੀ ਹਿਫਾਜ਼ਤ ਵਾਸਤੇ ਆਪਣੇ ਵਾਸਤੇ ਆਏ ਨੇ ਟੂਰਨਾਮੈਂਟ ਵਧੀਆ ਤਰੀਕੇ ਨਾਲ ਹੋ ਜੇ ਲਓ ਬਲਰਾਜ ਸਿੰਘ ਜੀ ਇੰਚਾਰਜ ਨੇ ਜਿਹੜੇ ਇੱਥੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਪੂਰਨ ਸਹਿਯੋਗ ਦਿਓ ਅਤੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਧੰਨਵਾਦ ਜੀ ਉਧਰਲੇ ਬੰਨੇ ਸਵਰਗੀ ਸਰਦਾਰ ਪ੍ਰਤਾਪ ਸਿੰਘ ਜੀ ਸਰਪੰਚ ਉਹਨਾਂ ਦੇ ਪਰਿਵਾਰਕ ਸਾਡੇ ਸਰਦਾਰ ਪ੍ਰਤਾਪ ਸਿੰਘ ਜੀ ਨਾਲ ਜਗਸੀਰ ਸਿੰਘ ਜੀ ਸਰਪੰਚ ਹੋਰੀ ਆਖ ਰਹੇ ਹੈ ਵੀ ਸੰਦੀਪ ਸਿੰਘ ਜੀ ਗਿੱਲ USA ਉਹਨਾਂ ਦੀ ਤਰਫੋਂ ਆਉਂਦੇ ਸਾਲ 30,000 ਰੁਪਇਆ ਲਾਓ ਯਾਰ ਨੌਜਵਾਨ ਰੌਲੀ ਪਿੰਡ ਦੀ ਧਰਤੀ ਦਾ ਮੀਤਾ ਮੈਂ ਕਮੇਟੀ ਮੈਂਬਰ ਸਾਹਿਬਾਨ ਨੂੰ ਬੇਨਤੀ ਕਰੂੰ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਦੀਪ ਅਰਮਾਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਹੈ ਸੋ ਕਿਰਪਾ ਕਰਕੇ ਉਹਨਾਂ ਦੀ ਬੇਨਤੀ ਹੈ ਕਿ ਸਮੁੱਚੀ ਕਮੇਟੀ ਉਹਨਾਂ ਦੀ ਉਡੀਕ ਵਿੱਚ ਹੈ ਦੀਪ ਅਰਮਾਨ ਜਿਹੜੇ ਕਿ ਪੰਜਾਬੀ ਲੋਕ ਗਾਇਕ ਨੇ ਸਾਡੇ ਮਿੱਤਰ ਨੇ ਬਹੁਤ ਵੱਡੀਆਂ ਸਾਂਝਾਂ ਨੇ ਇਸ ਨਗਰ ਦੇ ਨਾਲ ਇੱਥੋਂ ਦੇ ਨੌਜਵਾਨਾਂ ਦੇ ਨਾਲ ਜੱਗਾ ਸ਼ੇਰਾ ਉਹਨਾਂ ਦੇ ਪਰਮ ਮਿੱਤਰ ਨੇ ਹਰ ਵੇਲੇ ਇਕੱਠੇ ਰਹਿੰਦੇ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮੇਰੇ ਵੀਰੋ ਦੀਪ ਅਰਮਾਨ ਜੀ ਆਹ ਜਿਹੜਾ ਦਾਅ ਲੱਗਾ ਹੈ ਕਬੱਡੀ ਦਾ 12ਵਾਂ ਦਾਅ ਹੈ ਮੇਰੇ ਵੀਰੋ ਕਬੱਡੀ ਦੇ ਗਰਾਊਂਡ ਵਿੱਚ ਇਹ ਪਹਿਲਾਂ ਦਾਅ ਕਹਿੰਦੇ ਤਾਸ਼ਪੁਰ ਦੇ ਕਾਰੇ ਨੇ ਲਾਇਆ ਹੈ ਟੈਣਿਆ ਆਹ ਜਿਹੜਾ ਦਾਅ ਦੇਖਣਾ ਸੀ ਨੌਜਵਾਨਾਂ ਇਹ ਕਬੱਡੀ ਵਿੱਚ 12ਵਾਂ ਦਾਅ ਪੇਸ਼ ਹੋਇਆ ਨੌਜਵਾਨ ਨੇ ਗੁੱਟ ਨੂੰ ਕਹਿੰਦੇ ਕੈਂਕੀ ਵਿੱਚ ਪਕੜ ਮਾਰੀ ਫਿਰ ਪੁੱਠਾ ਦਾਅ ਮਾਰਿਆ ਸਰਦਾਰ ਬੜਾ ਔਖਾ ਛੁੱਟਦਾ ਇਕਬਾਲ ਸਿੰਘ ਦੇ ਪਰਿਵਾਰ ਵੱਲੋਂ 11,000 ਰੁਪਏ ਦੇ ਭਾਂਡੇ ਅਗਲੇ ਟੂਰ ਅਗਲੇ ਜਿਹੜਾ ਮੇਲਾ ਹੋਵੇਗਾ ਉੱਥੇ ਸੇਵਾ ਚ ਕੀਤੀ ਜਾਊਗੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸਰਦਾਰ ਇਕਬਾਲ ਸਿੰਘ ਦੇ ਫਰਜੰਦਾ ਵੱਲੋਂ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਿਆਂ ਹੋਇਆ ਔਰ ਉਹਨਾਂ ਦੇ ਨਾਮ ਤੇ ਇਹ ਸੇਵਾ ਅਪਣਾਈ ਹੈ ਸੇਵਾ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਦੀਪ ਅਰਮਾਨ ਉਧਰਲੇ ਬੰਨੇ ਸਾਡੇ ਇਸ ਇਲਾਕੇ ਦੀ ਹਰਮਨ ਪਿਆਰੀ ਆਵਾਜ਼ ਦੀਪ ਅਰਮਾਨ ਜੀ ਪੁੱਛ ਚੁੱਕੇ ਹੈ ਤੂੰ ਮਿਕੜੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ ਸੋਨੂੰ ਪ੍ਰਧਾਨ ਜੀ ਡਾਕਟਰ ਸੁਰਜੀਤ ਹੋਰੀ ਸਾਡੇ ਵੀਰ ਸਾਹਿਬੀ ਫੇਰੋ ਕੇ ਸਾਡਾ ਵੀਰ ਸ਼ੇਰਾ ਇਹ ਆ ਯਾਰ ਸਾਡੀ ਜ਼ਿੰਦਗੀ ਦੇ ਸਾਨੂੰ ਫਕਰ ਦੋਸਤਾਂ ਤੇ ਹੁੰਦੇ ਯਾਰੀ ਸਾਡੀ ਦੇ ਚਰਚੇ ਉਹ ਰਾਜੇ ਖੇਲੇ ਸਾਂ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਨਾਲ ਸਾਡਾ ਵੀਰ ਜੱਗਾ ਕਬੱਡੀ ਦਾ ਮਹਾਨ ਖਿਡਾਰੀ ਜਿਹਦੇ ਪਿਤਾ ਨੇ ਦੁਨੀਆਂ ਵਿੱਚ ਧੁੰਮ ਪਾਈ ਉਧਰਲੇ ਬੰਨੇ ਸਾਡਾ ਜੱਗਾ ਵੀਰ ਜਿਹਦੀ ਜ਼ਿੰਦਗੀ ਦੇ ਪਰਮਿੱਤਰ ਤੂੰ ਉਧਰਲੇ ਬੰਨੇ ਸਾਡਾ ਦੀਪ ਅਰਮਾਨ ਤੂੰ ਮਿਕੜੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ ਹੈਲੋ ਵੀਰ ਜੀ ਜਦੋਂ ਇਧਰੋਂ ਹੈਲੋ ਕਹਿੰਦੀ ਪਲੀਜ਼ ਚੁੱਪ ਕਰ ਜਾਇਆ ਕਰੋ ਕਿਉਂਕਿ ਕੋਈ ਇਧਰੋਂ ਅਨਾਊਂਸਮੈਂਟ ਕਰਨੇ ਹੁੰਦੇ ਜ਼ਰੂਰੀ ਧੰਨਵਾਦ ਜੀ ਹੁਣ ਦੀਪ ਅਰਮਾਨ ਆਪ ਦੇ ਨਾਲ ਦੋ ਸ਼ਬਦ ਸਾਂਝੇ ਕਰਨਗੇ ਦੀਪ ਅਰਮਾਨ ਹੈਲੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨ ਧੰਨ ਬਾਬਾ ਸ਼ੰਕਰਾਪੁਰੀ ਜੀ ਦੀ ਯਾਦ ਵਿੱਚ ਕਰਵਾਏ ਜਾਂਦੇ ਸਾਲਾਨਾ ਜੋੜ ਮੇਲੇ ਤੇ ਖੇਡ ਮੇਲੇ ਤੇ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਮੇਰੇ ਵੱਲੋਂ ਸਾਰੀ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਆ ਸੋ ਜ਼ਿਆਦਾ ਟਾਈਮ ਨਹੀਂ ਹੈਗਾ ਸੋ ਦੋ ਕੰਤਰੇ ਮੈਂ ਗਾਊਂਗਾ ਪਹਿਲਾਂ ਗੀਤ ਆਇਆ ਸੀਗਾ ਤੂੰ ਮੈਕੜੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂਦੇ ਤੇ ਹੁਣ 9X ਸਟੇਸ਼ਨ ਤੇ ਗਾਣਾ ਚੱਲਦਾ ਲਾਲਾ ਜੈਲ ਗੱਭਰੂ ਦੇ ਵਾਲ ਚਿੱਟੇ ਹੋ ਗਏ ਕੁੜੀ ਇੱਕ ਵੀ ਟਿਕਾਈ ਨਾ ਗਈ ਸੋ ਪਹਿਲਾ ਗੀਤ ਮੈਂ ਪੇਸ਼ ਕਰਨ ਲੱਗਿਆ ਕਮੇਟੀ ਵੱਲੋਂ ਹਦਾਇਤ ਹੈ ਕਿ ਥੋੜਾ ਜਿਹਾ ਠੰਡਾ ਹੀ ਰੱਖਿਓ ਹੋ ਤੂੰ ਮਾਲਿਕ ਕਾਰਾਂ ਦੀ ਤੇ ਮੈਂ ਹਾਂ ਬਸਦਾ ਆਦੀ ਤੂੰ ਨਿੱਤ ਬਦਲ ਪਾਵੇਂ ਮੇਰੀ ਲੰਘ ਜਾਣੀ ਵਿੱਚ ਖਾਦੀ ਤੇਰੇ ਸੁਪਨੇ ਵੱਡੇ ਲੈਂਡ ਲੋਡ ਦੀਏ ਕੁੜੀਏ ਨੀ ਹਾਏ ਮੇਰੇ ਟੁੱਟ ਜਾਂਦੇ ਵਿੱਚ ਖੜੇ ਖੜੋ ਤੇਰਾ ਹਾਂ ਦੇ ਤੂੰ ਮੈਕੜੀ ਤੋਂ ਘੱਟ ਹੋਰ ਕਿਤੇ ਵੀ ਜਾਵੇਂ ਨਾ ਓ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ ਤੂੰ ਮੈਕੜੀ ਤੋਂ ਘੱਟ ਹੋਰ ਕਿਤੇ ਵੀ ਜਾਵੇਂ ਨਾ ਓ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ
थैंक यू वेरी मच। हेलो हेलो ताड़ी मार दो मेरे वे दीप अरमान, इस इलाके की पंजाब की फेमस आवाज है, बड़ा प्यार है सत्कार है साढ़े सरदार गुरतेज सिंह जी पटवारी साहब डॉक्टर सुरजीत जी साढ़े वीर शेरा जी साहब भी फेरो के सारे वीर का सत्कार है। अगला जिहड़ा मैच कबड्डी के ग्राउंड में खेडा जाना है बाबे के सनेर ते तोता सिंह वाला। हाँ जी दसांगे कि टीम जेतुर होगी, कुछ गिले शिकवे ने और आप जल्द गीतिया की रौला है गिले शिकवे ने बेड़ दो कि टीम इस मैच के जेतु रही है। कृपा करके जहां मैच दियां कबड्डियां बाकी है सानू दस दित्तियां जाण। और सलियाणी ते बटाला चंदवाजा ते सुर सिंह इस तों बाद पुजणगियां भगते भाई की टीम जिहड़ी बाई लगी है, ये टीम नोट कर लैण। उते असीं सत्कार कर रहे हैं साढ़े बहुत ही सत्कारयोग सरदार सुखदेव सिंह जी सबका सरपंच जिन्होंने 15,000 रुपये का योगदान एक कबड्डी टूरनामेंट लिए दिता है। सरदार सुखदेव सिंह जी ठट्ठा साहब तो सानू बहुत ही ज्यादा सन्मान भेज रहे हैं, 500 रुपए का इनाम भेज रहे हैं, सन्मान भेज रहे हैं, उन्होंने बहुत बहुत धन्यवाद करते हैं। सरदार सुखदेव सिंह जी ठट्ठा साहब तो बोरा वाले असी समुची कमेटी वालों उन्होंने धन्यवाद करते हैं जी, आखते हैं धन्यवाद। हेलो कौन जित गया वीर दस्यो कृपा करके, पॉइंटा वाला वीर केड़ी टीम इस मैच दे चो जेतु रही है साडा वीर दस देवे कृपा करके। श्री गुरु हरगोबिंद स्पोर्ट्स कबड्डी क्लब सनेर जेतु रहा जी। बाबे के सनेर ते तोता सिंह वाला, आओ मेरे वीर ग्राउंड दे चो बाबे के सनेर ते तोता सिंह वाले दी टीम दे दरमियान कबड्डी का मैच शुरू होने जा रहा है। सुर सिंह वाला ते चंदबाजा सलियाणी ते बटाला ये टीम तैयार हैं। इस तो बाद असी दूजे राउंड दीआं टाइयां कढ़ियां वह भी दर्शक वीर दे रूबरू सुनेरवी साहब थोड़ा मेरे लागे आ जाओ कृपा करके। इस तो बाद राजमेर सिंह वाला गुरचरण सुनेर जी साढ़े वीर ते नाल मनदीप कालीए वाला ते बिंदर मिश्री वाला लाओ कबड्डी के ग्राउंड जिहड़ा मैच शुरू होने जा रहा है। मेरे वीरो तोता सिंह वाला पिंड कहिंदे धर्म सिंह वाले दे लागे है तहसील धर्मकोट का नगर ला, दूसरे बन्ने कहिंदे बूटे का नाम पंजाब के मैदानों में कहिंदे चलता है। मेरे वीरो सोढ़ी परिवार का नौजवान यह है भलौर वाला बसंत मेरे वीरो कबड्डी के ग्राउंड में नौजवान लखी दी पाई हुई कबड्डी खेड मैदान में देखो बल्ले बल्ले हो जानी है नहीं और रीसा नौजवान। अगली जिहड़ी कबड्डी है यह नौजवान कबड्डी लई चाहीदियां दिलों च दलेरियां, कबड्डी लई चाहीदियां दिलों च दलेरियां, यह नौजवान मापियां दा दलेर पुत लखा सनेर पिंड दी धरती दा कबड्डी पा रहा है खेड मैदान विच देखो। परमात्मा ने निर्मता यारो कुट कुट के परी पंजाब दे मैदानां विच कबड्डी पाउंदा है खरी उच्चा लम्मा कद यारो बाला है फबदा लाओ खेड मैदान विच देखो। उधरले बन्ने नौजवान सोनी तोता सिंह वाले पिंड दी धरती दा ते परली कन्नी ते हरी सिंह है एक सिख कौम दा योधा। लाओ सामने देखो मेरे वीरो यह नौजवान सोटी परिवार का यह कबड्डी का कहिंदे बेंती जाफी कहिंदे खरे खरे धावियां दे कहिंदे नौजवान ने मूँह मोड़ छड़े है यह बूटा सद्दे वालिया। देखो मेरे वीरो निक्का जिहा कद चार बगल लगा होया जफा हो जू बल्ले बल्ले आओ वेखो मेरे वीरो यह सद्दे वालिया कहिंदे नौजवान का 70 किलो भार है पर दुनिया के तख्ते हिला के रखते है ये नौजवान खिलाड़ी ने। लाओ अगली जिहड़ी कबड्डी है शेरे की कबड्डी खेड मैदान में देखो कबड्डी पै रही है भावें लैणा खिच गया सिकंदर ते अत करा गया पोर्च राज होया नहीं महाराजे रणजीत वर्गा लीड़े ला के थापियां मैं बड़े मारदे वेखे रेडर उठिया नहीं बाजे दे हरजीत वर्गा वह 53 फुटा कितों बैग ला लो। उधरले बन्ने हरी सिंह की गल कि अज भी थर थर कंबदे पठान ना सुन के नलवे सरदार का वह 53 फुटा कितों बैग ला लो जिन्हें लसंस बनाया नहीं मरुती कार का। लाओ
इधरले बने बूटे माया के गफे पुजे है साड़ा भीर जयदीप सिंह होरी माया के गफे दे रहे हैं। लाल लखी दी पाई हुई कबड्डी मेजर भलोर वाला कहिंदे खिडारियों नूं बुलट दिंदा है। लाओ खेड मैदान विच देखो मेरे वीरो दिल विच सांभी बैठा कौडी दे सरूर नूं लैणा जे बुलट पा के रेड बखा दे मेजर भलोर नूं। इस एरिए विच साडे सरदार मंगल सिंह जी यूएसए गुरतेज सिंह जी बलटोहा उधरले बने मान सन्मान ते सत्कार कत्ती जड़ी तरीक है धाना शहीद कबड्डी कप की है आप सब नूं सदे है उस धरती से 41 ते 61 हज़ार साढ़े बलराज सिंह जी जहेदार जी आके क्या इधर ती लेके आना उधरले बने 75 किलो के मान सम्मान जिहड़े दिते जाने हैं स्वर्गीय सरदार प्रताप सिंह होरी संदीप सिंह जी गिल जयदीप होरी साडे वीर दविंदर सिंह जी करमोरी साडे वीर हलो इस बहुत ही सत्कारयोग सरदार हरि सिंह जी जीरा MLA साहब साबका मंत्री पंजाब साडे विच पहुंच चुके ने असीं उन्हां नूं इत्थे आउण ते जी आखदे हां धन्नवाद करदे हां। उधरले बने साढ़े इस इलाके की सत्कारयोग शख्सियत जथेदार सरदार हरि सिंह जी जीरा साबका मंत्री पंजाब साढ़े दरम्यान चेचे तौर पर पुज चुके हैं उन्हों का इतने पुजन से हार्दिक स्वागत है जी आए आखांगे। लाओ सामने मानक मेरे वीरियो ए मानक नौजवान तेरे टिले तो सूरत दी आहीर दी ए चंदा वाला कबड्डी के ग्राउंड में देखो अगली जिहड़ी कबड्डी है नौजवान लखे की खेड मैदान में तकीए चढ़त पूरी है बिच मदाने हर थां हुंदियां गल्लां कीती मेहनत रंग लियाई बहुत मारियां मल्लां कीती मेहनत रंग लियाई बहुत मारियां मल्लां। इह आ नौजवान उच्चे लम्मे कद वाला छीणी मां दा बब्बर शेर आओ देखो कबड्डी पा रहा है कि सूरमा कदे नहीं सह सकदा दर तो मिलियां हारां नूं जिवें यारी परखदा सोने नूं ते समां परखदा यारां नूं। इह आ नौजवान कबड्डी दे ग्राउंड विच देखो जदों टीमां राउंडां विच चेंज होण गईआं अज रौनकां संतू वाले की धरती से है भलूर पिंड बसंत दा जिथों दे कीपे वर्गे उधरले बने सत्कार ते मान हरमिंदर सिंह जी साढ़े हीरा कृपा करके स्टेज दे उपर आ जाण। लाओ सामने भलूर वाले बसंत ने फिर गह गडमा जफा ला दिता है सनेर पिंड नूं मान है गुरुआं की धरती है आ जिहड़े दो कबड्डी दे स्टार हुण सनेरां की धरती ते पैदा होए है मेरे वीरो ये धुम्मां जिहड़ियां पूरी दुनिया दे विच उह दिन दूर नहीं जदों सनेरां दा नाम गोपी ने इंग्लैंड चमकाया है भावें कनेडा की गल हुई है इह नौजवानां ने भी धुम्मां पा देणी है हरी सिंह तोता सिंह वाले की धरती का सिख कौम का सब तो वड्डा योधा सरदार हरी सिंह नलवा। लाओ उधरले बन्ने देखो खेड मैदान विच माले वाले कुलदीप ने भी डंड बैठकां लाईआं इहदा भी तुसीं मान सन्मान करना है। उधरले बन्ने कबड्डी पै रही है लै भी मानका बट लै तैयारी मेरे वीर इस तो बाद चंदबाजा ते सुर सिंह वाले की टीम जल्द खेड मैदान के वल पुज जावे। लाओ मानक कहिंदे मोगे जिले के पंज जाफी है मेरे वीरो एक तां कहिंदे रौली पिंड का मुंडा इसे ग्राउंड में कबड्डी खेडे है एक सद्दे वाले का बूटा है एक मानक है मेरे वीरो। उधरले बन्ने खेड मैदान में जो भी ये झपट मारते हैं करारी मारते हैं ते सब तो टॉप का खिडारी कहिंदे बांदर रोड का सोना जिले मोगे का अज की तरीक का स्टार है इस मैच विचो बाबे के सनेर ये तो रही है। अगली माइक तो गल मनदीप कालीए वाला ते राज मेहर सिंह वाला करनगे अगली जिहड़ी गल है लैणा दे उपर कली पा दिओ कृपा करके लैणा दे उपर कली पा दित्ती जावे सुर सिंह वाला। उधरले बने कबड्डी के ग्राउंड विच चंदबाजे की टीम के दरम्यान एक कबड्डी का मैच होगा नोट कर लो जी इस मैच विचों बाबे के सनेर जी तो रही है साढ़े प्रबंधक वीर मंगू कली वाला साड़ा वीर कली पा दे लैणा दे उपर। हैलो वाहिगुरु जी का खालसा वाहिगुरु जी की फतेह। समूह संगतां नूं ये गल
ਅਲੀ ਪਾਤ ਪਤਾ ਹੈ ਕਿ ਹਰ ਸਾਲ ਪਿੰਡ ਸੰਤੂਵਾਲਾ ਵਿੱਚ ਸਵਾਮੀ ਸ਼ੰਕਰਾਪੁਰੀ ਜੀ ਮਹਾਰਾਜ ਜੀ ਦਾ ਜਨਮ ਦਿਨ ਪੰਜ ਭਾਦੋ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਸਰਦਾਰ ਹਰੀ ਸਿੰਘ ਜੀ MLA ਐਕਸ ਕੈਬਨਿਟ ਮਿਨਿਸਟਰ ਪੰਜਾਬ ਹਰ ਵੇ ਰਹੀ ਆ ਕੇ ਮੇਲੇ ਦੀ ਰੌਣਕ ਨੂੰ ਵਧਾਉਂਦੇ, ਆਪਣੇ ਕੀਮਤੀ ਟਾਈਮ ਵਿੱਚੋਂ ਟਾਈਮ ਕੱਢ ਕੇ ਇੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੈ, ਆਸ਼ੀਰਵਾਦ ਦਿੰਦੇ ਹੈ ਤੇ ਇਸ ਦੇ ਨਾਲ ਹੀ ਜਿਹੜੀਆਂ ਵੀ ਸਾਡੀਆਂ ਕੋਈ ਮੰਗਾਂ ਹੁੰਦੀਆਂ ਉਹ ਵੀ ਪੂਰੀਆਂ ਕਰਦੇ ਹੈ। ਸੋ ਮੈਂ ਇੱਥੇ ਆਉਣ ਤੇ ਜਥੇਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੰਤਾਂ ਦੇ ਰੁਝੇਵਿਆਂ ਵਿੱਚੋਂ ਟਾਈਮ ਕੱਢ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ। ਉਹ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਦਾਸ ਬੇਨਤੀ ਕਰੇਗਾ ਕਿ ਜਥੇਦਾਰ ਹੋਰੀ ਚੰਦ ਲਫ਼ਜ਼ ਜਥੇਦਾਰ ਸਾਹਿਬ ਹੋਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੇ ਸਾਡੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਉਧਰ ਸਰਦਾਰ ਤਾਰਾ ਸਿੰਘ ਜੀ ਐਡਵੋਕੇਟ ਪਹੁੰਚੀਆਂ ਹੋਈਆਂ ਮਾਣਯੋਗ ਸਨਮਾਨਯੋਗ ਸ਼ਖਸੀਅਤਾਂ ਨੂੰ ਮਾਣ ਦੇ ਰਹੇ ਮਾਈਕ ਤੋਂ। ਕਬੱਡੀ ਦੇ ਨਾਲ ਬੜਾ ਪਿਆਰ ਰੱਖਣ ਵਾਲੀ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਸਰਦਾਰ ਹਰੀ ਸਿੰਘ ਜੀ ਜੀਰਾ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ। ਇੱਧਰ ਤਕੜਾ ਮੈਚ ਮਾਂ ਖੇਡ ਕਬੱਡੀ ਦਾ ਸ਼ੁਰੂ ਹੋ ਚੁੱਕਾ ਦੋਵਾਂ ਟੀਮਾਂ ਦਰਮਿਆਨ। ਚੰਦਬਾਜੀ ਦੀ ਟੀਮ ਬਿਲਕੁਲ ਚੜ੍ਹਦੇ ਵਾਲੀ ਸਾਈਡ ਆ, ਲਹਿੰਦੇ ਵਾਲੀ ਸਾਈਡ ਸੁਰ ਸਿੰਘ ਦੀ ਟੀਮ ਆ। ਲਓ, ਸੁਰ ਸਿੰਘ ਵਾਲੇ ਨੌਜਵਾਨ ਨੇ ਤਕੜਾ ਜਫਾ ਲਾ ਕੇ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਲਈ। ਚੱਲ ਵੀ ਨੌਜਵਾਨ ਕੁਲਜੀਤ ਸਿੰਘ ਪਾ ਕਬੱਡੀ, ਧੰਨ ਧੰਨ ਸਵਾਮੀ ਸ਼ੰਕਰਾਪੁਰੀ ਮਹਾਰਾਜ ਦੀ ਬੜੀ ਪਾਰ ਕਿਰਪਾ ਦੇਣ ਲੱਗਾ ਤੇ ਤਕੜੇ ਮੈਚ ਕਬੱਡੀ ਦੇ ਸ਼ੁਰੂ ਹੋ ਚੁੱਕੇ ਆ। ਲਓ, ਇੱਧਰ ਕੁਲਜੀਤ ਦੀ ਪਈ ਹੋਈ ਕਬੱਡੀ, ਇੱਕ ਮਲਸੀਆਂ ਦਾ ਸੁਪਰ ਸਟਾਰ ਕਬੱਡੀ ਖਿਡਾਰੀ, ਇੱਕ ਆਹ ਨੌਜਵਾਨ। ਲਓ, ਇੱਧਰ ਪਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਨੌਜਵਾਨ ਗੱਭਰੂ ਦੀ ਪਈ ਹੋਈ ਕਬੱਡੀ ਤੇ ਨੌਜਵਾਨ, ਇੱਕ ਪਾਸੇ ਕੁਲਜੀਤ ਸਿੰਘ ਤੇ ਦੂਸਰੇ ਪਾਸੇ ਚੰਦ ਬਾਜੇ ਵਾਲਾ ਨੌਜਵਾਨ। ਲਓ, ਤੁਸੀਂ ਜਾਂਦਾ ਮੈਦਾਨ ਵਿੱਚ, ਪਰ ਤਕੜਾ ਪੁਆਇੰਟ ਕੁਲਜੀਤ ਨੇ ਆਪਣੀ ਟੀਮ ਲਈ ਜੋੜ ਦਿੱਤਾ। ਚੱਲ ਵੀ ਨੌਜਵਾਨ ਸਤਨਾਮ ਸਿੰਘ ਪਾ ਕਬੱਡੀ ਖੇਡ ਮੈਦਾਨ ਵਿੱਚ, ਇਕੱਲੇ ਇਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ, ਕਿਹੜਾ ਜਾਊ ਭੱਜ ਜਾਰੋ, ਕਿਹੜਾ ਜਾਊ ਫੜਿਆ, ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ। ਇਕੱਲੇ ਇਕੱਲੇ ਮਿੱਤਰੋ ਜੱਫਾ ਜਿਹੜੇ ਜਿਹੜੇ ਜਾਫੀ ਨੇ ਲਾਤਾ ਤੇ ਹੋ ਜਾਣੀ ਬੱਲੇ ਬੱਲੇ ਮਿੱਤਰੋ। ਲਓ, ਖੇਡ ਮੈਦਾਨ ਵਿੱਚ ਨੌਜਵਾਨ ਗੱਭਰੂ ਦੀ ਪਈ ਹੋਈ ਕਬੱਡੀ, ਦਰਸ਼ਕ ਵੀਰਾਂ ਦਾ ਵੱਡਾ ਇਕੱਠ ਆ, ਵੱਡਾ ਹਜੂਮ ਆ ਕਬੱਡੀ ਦੀ ਬੱਲੇ ਬੱਲੇ ਆ। ਲਓ, ਸਾਹਮਣੇ ਖੇਡ ਮੈਦਾਨ ਵਿੱਚ ਗੱਲ ਵੱਖਰੀ ਕਰ ਗਿਆ ਨੌਜਵਾਨ ਸੁਰ ਸਿੰਘ ਵਾਲਾ, ਤਕੜਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਲਈ। ਚੱਲ ਵੀ ਨੌਜਵਾਨਾਂ ਪਾ ਅਗਲੀ ਕਬੱਡੀ। ਸਲਹਾਣੀ ਤੇ ਬਟਾਲੇ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਣਾ, ਦੋਵੇਂ ਟੀਮਾਂ ਬਿਲਕੁਲ ਰੈਡੀ ਹੋ ਜਾਣ ਅਗਲੇ ਮੈਚ ਲਈ। ਸਲਹਾਣੀ ਤੇ ਬਟਾਲਾ ਭਗਤੇ ਭਾਈ ਦੀ ਟੀਮ ਨੂੰ ਬਾਈ ਮਿਲੀ ਆ। ਲਓ, ਅਗਲੀ ਕਬੱਡੀ ਧਰਮਿੰਦਰ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਵਿੱਚ, ਨੌਜਵਾਨ ਗੱਭਰੂ ਨੇ ਤਕੜਾ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਲਈ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਕਬੱਡੀ ਦਾ ਗੁਲਾਬ ਖੇਡਿਆ ਸੰਤੂਵਾਲਾ ਪਿੰਡ ਮਹਾਂਪੁਰਸ਼ਾਂ ਦੀ ਪਾਵਨ ਪੁੱਤਰ ਧਰਤੀ ਦੇ, ਤਕੜੇ ਜਿਹੜੇ ਸੋਹਣੇ ਮੈਚ ਖੇਡੇ ਜਾ ਰਹੇ ਆ। ਲਓ, ਵੱਡੇ ਪ੍ਰਬੰਧ ਕੀਤੇ ਗਏ, ਸਮੁੱਚੀ ਆਰਗੇਨਾਈਜ਼ ਪ੍ਰਬੰਧ ਕਮੇਟੀ ਦਾ ਵੀ ਵੱਡਾ ਧੰਨਵਾਦ ਆ। ਲਓ, ਇੱਧਰ ਸੋਨੀ ਦੀ ਪਈ ਹੋਈ ਕਬੱਡੀ ਤੇ ਚਾਰ ਜਾਫੀਆਂ ਦੀ ਕਮਦੀ ਚੈਣ ਆ, ਇੱਕ ਅੰਨੀ ਤਾਰ ਨੌਜਵਾਨ। ਲਓ, ਲੱਤੀ ਲੱਗਿਆ ਨੌਜਵਾਨ, ਖੇਡ ਮੈਦਾਨ ਵਿੱਚ ਮੁਕਾਬਲਾ ਸਖਤ ਆ ਤੇ ਪੁਆਇੰਟ ਸੋਨੀ ਨੇ ਆਪਣੀ ਇੱਧਰ ਜਾਫੀ ਦਾ, ਕਿ ਹਨੇਰੇ ਨੇ ਮੱਤ ਮਾਰਤੀ ਭਾਈ ਉੱਤੇ ਮੈਂ ਡਿੱਗ ਪਈ। ਸਲਹਾਣੀ ਤੇ ਬਟਾਲੇ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਣਾ, ਉੱਧਰ ਜਿੰਨੇ ਵੀ ਸਾਡੇ ਸਾਥੀ ਬੁਲਾਰੇ ਬੂਟਾ ਉਮਰੀਆਂ ਨੇ, ਪਿੰਡ ਦਾ ਗੁਰਚਰਨ ਸੁਨੇਰ ਵੀ, ਬਾਈ ਰਾਜ ਮੇਹਰ ਸਿੰਘ ਵਾਲੇ ਦਾ, ਬਿੰਦਰ ਮਿਸ਼ਰੀ ਵਾਲੇ ਦਾ, ਜਿੱਥੇ ਪੰਜਾਬ ਦੇ ਨਾਮੀ ਬੁਲਾਰੇ ਪੁੱਜੇ ਉੱਥੇ ਦੁਨੀਆਂ ਦੇ ਸਟਾਰ ਕਬੱਡੀ ਖਿਡਾਰੀ ਪੁੱਜੇ ਆ। ਵੱਡੀਆਂ ਲੱਗੀਆਂ ਹੋਈਆਂ ਰੌਣਕਾਂ, ਕਬੱਡੀ 365 .com ਦੇ ਜ਼ਰੀਏ ਇਕੱਲੀ ਇਕੱਲੀ ਕਬੱਡੀ ਪੂਰੀ ਦੁਨੀਆਂ ਭਰ ਵਿੱਚ ਲਾਈਵ ਟੈਲੀਕਾਸਟ ਕੀਤੀ ਜਾ ਰਹੀ ਆ। ਇੱਧਰ ਗੋਰੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਨੌਜਵਾਨ। ਲਓ, ਚੰਦ ਬਾਜੇ ਵਾਲਾ ਲੱਗਦਾ ਹੋਇਆ ਲੱਤੀ ਤੇ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਲਈ। ਚੱਲ ਵੀ ਨੌਜਵਾਨਾਂ ਸਤਨਾਮ ਸਿੰਘ ਪਾ ਅਗਲੀ ਕਬੱਡੀ। ਹਰਿਮੰਦਰ ਸਿੰਘ ਹੀਰਾ, ਹੀਰਾ ਇੰਡਸਟਰੀ ਵਾਲੇ ਆਵਾਜ਼ ਸੁਣਦੇ ਹੋਣ ਤਾਂ ਬੇਨਤੀ ਹੈ ਕਿ ਉਹਨਾਂ ਦਾ
विशेष सम्मान होना क्योंकि बहुत वड्डा सहयोग किया टूरनामेंट कमेटी ने उन्होंने बहुत ही वड्डा लेकिन क्या भी सी गुप्त रखना उस सम्मान नूं बहुत वड्डा मान सी उन्हां दा सो विशेष सम्मान किया जाना हरमंदर सिंह हीरा जां उन्हां दे परिवार दा कोई मैंबर होवे तां उह कृपा करके इत्थे साडे कोल मंच ते आ जावे सलहानी ते बटाले दीआं टीमां दोवें सेंटरलैंड ते आ जाण चलते मैच में सुर सिंह की टीम दर्शवीरो जेतू टीम आ अगला जिहड़ा मैच आ उह वी पूरा सिरे दा खेडिया जाना सलहानी ते बटाला आ गया खिडारी किवें खिच के तैयार गा मेहनत दे नाल किवें बाडियां शिंगारगा लगूगा मैदान में जोर चोटी अड्डी का कौडी तो हीरा बन जाए जिन्हों लग जाए कबड्डी का आ भी मैच पूरा सिरे का खेडिया जाना बटाले की टीम सुर सिंह की टीम चलते मैच की जेतू टीम आ बटाले की टीम काफी लंबा पैंड तय करके पुजी आ ते दूसरे पासे सरहदी जिला फिरोजपुर की टीम सलहानी पिंड की दोवें टीमर दरम्यान आ भी तकड़ा मैच खेडा जाना दोवें टीम बिल्कुल सिट ला लेना तकड़ा मैच तकांगे खेड मैदान में दोवें टीम दरम्यान उधर जिन्हें भी एन आर ए वीर प्रवासी भरा संतू वाले पिंड के और जिन्हें भी खेड प्रमोटर अज के मैचों का आनंद ले रहे हैं उन्होंने वीर का भी आप धनवाद करांगे लो मार पाई बूटा विसल ते करा दे मुकाबला शुरू खेड मैदान में दोवां टीमां दरमियान खिचला भाई तू भी मोटरसाइकिल वालिया ते कारवाई करदे बंद इहनू भी आपां मान सन्मान देना दंदां दे नाल खिचेगा मोटरसाइकिल जिन्हें भी कुश्तियां वाले आए करतबां वाले वीर पुजे आ सारयां नूं वड्डा मान दिता क्योंकि एक ऐसी प्रबंध कमेटी संतू वाले पिंड की जेडे हर एक माण देंदे आ किला रायपुर के खेड मेले वाली गल बनी पई धन धन स्वामी शंकरपुरी महाराज की बड़ी पार कृपा आ गया सोनी कोट करोड़ का तकड़ा मैच दोवें टीमों दरम्यान जिमें पंछी भरते ने अडारी समाना इवें ही भरते ने खिडारी अडारी मैदानों में परखे जाने ने जोर जवाना अज सारे ने सामने कि चन्न वांगू चमकू तारा ने सामने इस नौजवान बच्चे ने अपने दंदा दे नाल मोटरसाइकिल खिंचे इन्हू भी आपां मान सन्मान देना कि कोई आसा लैके किसी दे दर जांदा कम किसी दा रुकदा नहीं इत्थे सब दा सर जांदा लो मुकाबला शुरू आ दर्शिरो खेड मैदान विच दोवां टीमां दरमियान सलहानी पिंड दी टीम चढ़दे वाली सैड लैंदे वाली सैल माझे दी टीम बटाले पिंड दी टीम लो हरगुण सलहानी वाला पहला पॉइंट जोड़दा होया अपनी टीम दे लई अगले राउंड के जेडे मुकाबले आ खिडारी भी नोट करना दूसरे राउंड के जेडे मैच आ पहला मैच भगता भाई ते दूले वाला पिंड दोवें टीमां बिल्कुल वेटिंग बॉक्स में पुजन भगता भाई ते दूले वाला पिंड उस तो बाद बाबा खुशियाल क्लब चड़िक ते बघेले वाला पिंड बाबे के सुनेर ते कोट करोड़ फ्रेंड्स क्लब जीरा ते भलूर माला कलां दे डरोली भाई खोसा कोटला ते भागपुर गगड़ा वरनाला ते जोगे वाला बी वकीलों वाला पिंड सुर सिंह वाला जेरी चलते मैच टीम जीतेगी वह मैच बाबा क्लब शूशक के नाल खेडा जाना ते कणगे नूं बाई आ हरगोबिंद क्लब सनेर ते झंडेना पछमी ये सारे मैच खिडारी भी नोट कर लैन कालू बटोए वाला लंडिया वाले खोसे नूं मिल लवे लो स्टेज के सामने लो इधर तकड़ा पॉइंट नौजवान सलहानी पिंड वाला अपनी टीम लई जोड़दा होया लो अगली कबड्डी खेड मैदान च दर्शी रो पै चुकी आ चार जाफियां दी कमदीर चैन विचों लो बटाले वाला नौजवान वर के करता हो ट्राई ते पॉइंट धावी दे हिस्से जुड़ता होया चल भी नौजवान पा कबड्डी खेड मैदान विच किताब तो हर एक नूं मिल जांदी पर पढ़ना औखा है मंजिल भी रब दे दिंदा पर खड़ना औखा है जो धरती नूं भुल जांदा है विच समान दे टिकदा नहीं चिर बाला ते ना जग ते बणाउणा नहीं सखाला एक दुनिया के ना पैदा करना बहुत वड्डी गल आ छाती विच दम होवे लोकी तां पुछदे सुरनामा हरजीत बराड़ जे विरले पुत जमद गवावा दुनिया का ऐसा किहड़ा खिडारी जिहड़े इस धरती ते नहीं खेडिया उधर स्वर्गवासी सरदार हरबंस सिंह राजू का पिंड दुनिया का महान कबड्डी खिडारी
ਆਪਾਂ ਜ਼ਿਕਰ ਕਰਾਂਗੇ ਉਹਨਾਂ ਮਹਾਨ ਕਬੱਡੀ ਖਿਡਾਰੀਆਂ ਦਾ। ਸੁਖਦੇਵ ਸਿੰਘ ਕੁੱਕੂ ਦਾ ਪਿੰਡ ਆ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਦੀ ਧਰਤੀ ਆ। ਲਓ ਇੱਧਰ ਹਰਗੁਣ ਸਲਹਾਣੀ ਵਾਲਾ ਲੱਖਾਂ ਵਰਗ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਲਈ, ਭਗਤਾ ਭਾਈ ਤੇ ਦੂਲੇ ਵਾਲਾ ਪਿੰਡ ਦੋਵੇਂ ਟੀਮਾਂ ਵੇਟਿੰਗ ਬੁਕਸ 'ਚ ਪੁੱਜਣ ਨਾਲ ਭਾਈ ਰਾਜਮੇਰ ਸਿੰਘ ਵਾਲੇ ਦਾ ਉਹ ਵੀ ਪੁੱਜੇ, ਚੰਦ ਅਲਫਾਜ਼ ਸਾਂਝੇ ਕਰੇਗਾ ਮਾਂ ਖੇਡ ਕਬੱਡੀ ਦੇ। ਚੱਲ ਵੀ ਨੌਜਵਾਨਾਂ ਪਾ ਕਬੱਡੀ ਇੰਗਲੈਂਡ ਦੀ ਧਰਤੀ ਦੇ ਵੀ ਖੇਡਿਆ ਸੋਨੀ ਕੋਟ ਕਰੋੜ ਦਾ। ਲਓ ਅਗਲੀ ਕਬੱਡੀ ਪਾਉਣ ਲਈ ਵਾਧਾ ਹੋਇਆ ਖੇਡ ਮੈਦਾਨ ਵਿੱਚ, ਪਹਿਲਾਂ ਧਰਤੀ ਮਾਂ ਨੂੰ ਨਮਸਕਾਰ ਕੀਤੀ ਆ। ਲਓ ਹੱਥਾਂ ਨੂੰ ਲਾਲੀ ਕਲੀ ਤੇ ਪਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਖੇਡ ਮੈਦਾਨ ਵਿੱਚ। ਕਲੀ ਵਾਲੇ ਵੀਰ ਨੂੰ ਬੇਨਤੀ ਆ ਕਿ ਕਲੀ ਪਾ ਦੇ ਬਾਈ, ਗਰਾਊਂਡ ਦਾ ਜਿਹੜਾ ਮਾਣ ਵਧਾ ਦੇ, ਸ਼ਿੰਗਾਰ ਬਣਾ ਦੇ। ਕਲੀ ਵਾਲੇ ਬੇਨਤੀ ਨੂੰ, ਸਾਡੇ ਵੀਰ ਨੂੰ ਬੇਨਤੀ ਹੈ ਕਿ ਕਲੀ ਪਾ ਦੇ। ਲਓ ਇੱਧਰ ਕੋਟ ਕਰੋੜ ਵਾਲਾ ਸੋਨੀ ਤਕੜਾ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਲਈ। ਚੱਲਦੇ ਮੈਚ ਵਿੱਚ ਸਲਹਾਣੀ ਦੀ ਟੀਮ ਜੇਤੂ ਟੀਮ ਆ, ਵੀਰ ਜੀ ਨੋਟ ਕਰੋ, ਸਲਹਾਣੀ ਪਿੰਡ ਦੀ ਟੀਮ ਜੇਤੂ ਆ। ਭਗਤਾ ਭਾਈ ਤੇ ਦੂਲੇ ਵਾਲਾ ਪਿੰਡ ਦੋਵੇਂ ਟੀਮਾਂ ਸੈਂਟਰਲੈਂਡ ਤੇ ਆ ਜਾਣ ਅਗਲੇ ਮੁਕਾਬਲੇ ਲਈ। ਉਸ ਤੋਂ ਬਾਅਦ ਬਾਬਾ ਖੁਸ਼ਿਆਲ ਕਲੱਬ ਚੜਿੱਕ ਤੇ ਬਘੇਲੇ ਵਾਲਾ ਪਿੰਡ, ਬਾਬੇ ਕੇ ਸੁਨੇਰ ਤੇ ਕੋਟ ਕਰੋੜ ਫਰਿੰਡਜ ਕਲੱਬ ਜੀਰਾ ਤੇ ਭਲੂਰ, ਮਾਲਾ ਕਲਾਂ ਤੇ ਡਰੋਲੀ ਭਾਈ, ਖੋਸਾ ਕੋਟਲਾ ਦੇ ਭਾਗਪੁਰ ਗਗੜਾ, ਬਰਨਾਲਾ ਤੇ ਜੋਗੇ ਵਾਲਾ ਬੀ, ਵਕੀਲਾਂ ਵਾਲਾ ਪਿੰਡ ਤੇ ਸੁਰ ਸਿੰਘ ਵਾਲਾ, ਬਾਬਾ ਕਲੱਬ ਸ਼ੂਜਕ ਤੇ ਸਲਹਾਣੀ ਤੇ ਕਣੀਆਂ ਦੀ ਟੀਮ ਨੂੰ ਬਾਈ ਆ, ਹਰਗੋਬਿੰਦ ਕਲੱਬ ਸੁਨੇਰ ਤੇ ਝੰਡੇ ਨਾਲ ਪੱਛਮੀ। ਇਹ ਟੀਮਾਂ ਆਪਣੇ ਆਪਣੇ ਸਾਰੇ ਮੈਚ ਨੋਟ ਕਰਨ। ਅਗਲੀ ਆਵਾਜ਼ ਰਾਜਮੇਰ ਸਿੰਘ ਵਾਲੇ ਦਾ ਕਰੇਗਾ ਮਾਂ ਖੇਡ ਕਬੱਡੀ ਦੀ। ਹਰਮਨ ਹੈਗਾ ਮੈਂ ਹੈਲੋ ਹੈਲੋ ਕਲੀ ਵਾਲੇ ਵੀਰ ਨੂੰ ਬੇਨਤੀ ਆ ਵੀ ਕਲੀ ਪਾ ਦੇਵੇ ਗਰਾਊਂਡ ਦੇ ਵਿੱਚ ਆਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਹਰੀ ਸਿੰਘ ਜੀ ਜੀਰਾ ਸਾਡੇ ਉਹਨਾਂ ਵੀਰਾਂ ਨੂੰ ਸਨਮਾਨਿਤ ਕਰਨਗੇ ਜਿਨ੍ਹਾਂ ਨੇ ਇਸ ਮੇਲੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ। ਜਸਵੀਰ ਸਿੰਘ ਜੀ ਸਰਪੰਚ ਪਿੰਡ ਸੰਤੂ ਵਾਲਾ, ਜਸਵੀਰ ਹੈਲੋ 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 ਜਸਵੀਰ ਸਿੰਘ ਜੀ ਸਰਪੰਚ ਪਿੰਡ ਸੰਤੂ ਵਾਲਾ, ਕੁਲਦੀਪ ਸਿੰਘ ਯੂਐਸਏ, ਰਘਬੀਰ ਸਿੰਘ ਜੀ ਲਾਲੀ, ਕੁਲਦੀਪ ਸਿੰਘ ਯੂਐਸਏ ਤੇ ਸੰਦੀਪ ਸਿੰਘ ਯੂਐਸਏ। ਅਗਲੇ ਮੈਚ ਦੀਆਂ ਦੋਨੇ ਟੀਮਾਂ, ਬਾਬਾ ਖੁਸ਼ਹਾਲ ਕਬੱਡੀ ਕਲੱਬ ਚੜਿੱਕ ਤੇ ਬਘੇਲੇ ਵਾਲਾ, ਬਾਬੇ ਕੇ ਕਲੱਬ ਸੁਨੇਰ ਤੇ ਕੋਟ ਕਰੋੜ, ਇਹ ਟੀਮਾਂ ਇੱਕ ਮਿੰਟ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਆ ਜਾਣ। ਸੰਦੀਪ ਸਿੰਘ ਯੂਐਸਏ, ਸਵਰਗਵਾਸੀ ਗਿਆਨੀ ਪੂਰਨ ਸਿੰਘ ਜੀ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਣਾ ਹੈ। ਸੁਖਦੇਵ ਸਿੰਘ ਸਰਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਜੀ, ਹਾਂਜੀ ਹੀਰਾ ਇੰਡਸਟਰੀ, ਬਾਬਾ ਅਜੈਬ ਸਿੰਘ ਭੂਰੀ, ਪ੍ਰਿਤਪਾਲ ਸਿੰਘ ਲਵਲੀ, ਰਵਿੰਦਰ ਸਿੰਘ ਗਾਦੜੀ ਵਾਲਾ, ਮੇਰੇ ਵੀਰ ਆ ਕੇ ਆਪਣਾ ਆਪਣਾ ਸਨਮਾਨ ਚਿੰਨ ਲੈਣ।
अगलिया दोनों टीम बाबा खुशहाल कबड्डी क्लब चड़क के बघेला ग्राउंड के गुरदेव सिंह सनवजीत सिंह गुरदेव सिंह सनवजीत सिंह सुखदेव सिंह साबका सरपंच सुखदेव सिंह साबका सरपंच गुरदेव सिंह सनवजीत सिंह प्रेस क्लब दे साडे नुमाइंदे जिहड़े इत्थे पहुंचे है उन्हां वीरां दा बहुत बहुत धन्नवाद किया जाता है। दोनों टीमों को बेनती है भी जल्दी ग्राउंड के आन खुशहाल कबड्डी क्लब चड़क के बघेला बाबे के क्लब सनेर से कोट करोड़ जल्दी टीम ग्राउंड के आ जाए मेरे वीर समय की कदर कर सोनू पीए जथेदार साहब का सोनू पीए इन्हों मैचों तो बाद जिहड़ियां टीमां नूं असीं अनाउंस कर रहे हैं बाबा खुशहाल कबड्डी क्लब चड़क के बघेले वाला बाबे के क्लब सनेर ते कोट करोड़ फ्रेंड्स कबड्डी क्लब जीरा ते पलूर ये टीम जल्द ग्राउंडां वाला आउण मलकीत सिंह जी सरपंच साहब पिंड मिठे मनजीत सिंह जी ढिल्लों सरदूल सिंह सरपंच पिंड मरखाई सरदार सरदूल सरदूल सिंह सरपंच पिंड मरखाई हाँ जी मैच चल रहे हैं जी मैच नहीं आप बंद किए इस करके टीमों को बेनती की जा रही है भी अगले मैच दीम ग्राउंड च आन प्रेस क्लब के नुमाइंदे मेरे वीर प्रेस क्लब के मैंबर गुरविंदर सिंह जी गादड़ी वाला रविंदर सिंह जी गादड़ी वाला सरदूल सिंह जी सरपंच पिंड मरखाई सरदूल सिंह जी सरपंच साहब पिंड मरखाई कारज सिंह कारज सिंह मुलाजम जो बहुत ही अच्छी तरह ड्यूटी निभा रहे हैं उन्होंने बेनती की जाती है कि वह अपना सम्मान चिन्ह लैन सरदार कारज सिंह सरपंच साहब पिंड ढंडिया सरपंच साहब पिंड ढंडिया इस मैच के भगते भाई की टीम जेतू रही है नोट कर लियो मेरे वीर भगता भाई जित गए ने बाबा खुशहाल कबड्डी क्लब चड़क के बघेले वाला टीम बलदेव सिंह सरपंच साहब पिंड ढंडिया
ਹਰਮੰਦਰ ਸਿੰਘ ਹੀਰਾ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ, ਹਰਮੰਦਰ ਸਿੰਘ ਹੀਰਾ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ। ਮੈਚ ਜਿਹੜੇ ਟੀਮਾਂ ਨੂੰ ਅਸੀਂ ਅਨਾਊਂਸ ਕਰਦੇ ਹਾਂ, ਜਿਵੇਂ ਵੀ ਟੀਮਾਂ ਗਰਾਊਂਡ 'ਚ ਆਉਂਦੀਆਂ ਮੈਚ ਸ਼ੁਰੂ ਕਰ ਦਿੱਤਾ ਜਾਵੇ। ਬਾਬਾ ਖੁਸ਼ਹਾਲ ਕਬੱਡੀ ਕਲੱਬ ਚੜਿੱਕ ਦੇ ਬਘੇਲੇ ਵਾਲਾ ਦੋਨੇ ਟੀਮਾਂ ਆ ਗਈਆਂ ਤਾਂ ਮੈਚ ਸ਼ੁਰੂ ਕਰੋ। ਸਮੁੱਚੀ ਕਮੇਟੀ ਵੱਲੋਂ ਜਥੇਦਾਰ ਹਰੀ ਸਿੰਘ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹਾਂਜੀ, ਦੋਨੇ ਟੀਮਾਂ ਆ ਗਈਆਂ, ਮੈਚ ਜਿਹੜਾ ਸ਼ੁਰੂ ਕੀਤਾ ਜਾਵੇ। ਦੋਨਾਂ ਟੀਮਾਂ ਨੂੰ ਲਾਈਨ ਅਪ ਕੀਤਾ ਜਾਵੇ ਜੀ, ਜਹੇਦਾਰ ਜੀ ਆਸ਼ੀਰਵਾਦ ਦੇਣਗੇ। ਠੀਕ ਹੈ ਜੀ, ਦੋਨਾਂ ਟੀਮਾਂ ਨੂੰ ਲਾਈਨ ਅਪ ਕੀਤਾ ਜਾਵੇ ਜੀ। ਜਲਦੀ ਦੇ ਨਾਲ ਦੋਨੇ ਟੀਮਾਂ ਲਾਈਨ ਅਪ ਕੀਤੀਆਂ ਜਾਣ। ਇਸ ਤੋਂ ਅੱਗੇ ਬਾਬੇ ਕੇ ਕਲੱਬ ਸਨੇਰ ਤੇ ਕੋਟਕਰੋੜ, ਮੈਂ ਬੇਨਤੀ ਕਰਾਂਗਾ ਸਮੁੱਚੇ ਕਲੱਬ ਦੇ ਮੈਂਬਰ ਸਾਹਿਬਾਨ ਨੂੰ ਕਿ ਉਹ ਜਥੇਦਾਰ ਜੀ ਦੇ ਨਾਲ ਜਥੇਦਾਰ ਜੀ ਨੂੰ ਸਕਾਊਟ ਕਰਕੇ ਟੀਮਾਂ ਤੱਕ ਲੈ ਕੇ ਜਾਣਗੇ। ਜਥੇਦਾਰ ਹਰੀ ਸਿੰਘ ਜੀ ਜੀਰਾ ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨਗੇ ਅਤੇ ਇਸ ਟੂਰਨਾਮੈਂਟ ਦਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ। ਜਥੇਦਾਰ ਹਰੀ ਸਿੰਘ ਜੀ ਜੀਰਾ, ਸਾਬਕਾ ਮੰਤਰੀ ਪੰਜਾਬ, ਸਾਡੇ ਇਸ ਇਲਾਕੇ ਦੀ ਮਹਾਨ ਸ਼ਖਸੀਅਤ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਿਆਸਤ ਦੇ ਵਿੱਚ ਵੱਡਾ ਨਾਂ ਹੈ, ਜੀਆਂ ਆਖਦੇ ਹਾਂ ਪ੍ਰਬੰਧਕ ਟੂਰਨਾਮੈਂਟ ਕਮੇਟੀ ਸਮੁੱਚੇ ਨਗਰ ਵੱਲੋਂ ਜਿਹਨੇ ਵੀ ਕਦਮ ਚੱਲ ਕੇ ਆਏ ਨੇ, ਵੱਡਾ ਧੰਨਵਾਦ ਹੈ। ਇਧਰਲੇ ਪਾਸੇ ਜਾਣ ਪਹਿਚਾਣ ਦੋਨਾਂ ਟੀਮਾਂ ਦੇ ਨਾਲ, ਔਰ ਇਧਰਲੇ ਪਾਸੇ ਬਘੇਲੇ ਵਾਲੇ ਦੀ ਟੀਮ, ਆ ਦੂਸਰੇ ਪਾਸੇ ਬਾਬਾ ਖੁਸ਼ਹਾਲ ਕਬੱਡੀ ਕਲੱਬ ਚੜਿੱਕ। ਉਸ ਤੋਂ ਅੱਗੇ ਬਾਬੇ ਕੇ ਕਲੱਬ ਸਨੇਰ ਤੇ ਕੋਟਕਰੋੜ ਨੇ ਖੇਡਣਾ ਹੈ।